ਇਹ ਤਕਬੀਰਾਂ ਅਤੇ ਤਸ਼ਰੀਕ ਕਦੋਂ ਸ਼ੁਰੂ ਕਰਨੀਆਂ ਵੀ ਬੱਚਿਓ? ਯਾਨੀ ਇਸ ਸਾਲ ਕਿਹੜੇ ਦਿਨ ਤੋਂ ਸ਼ੁਰੂ ਕਰਨੀ ਆ? ਹੁਣ ਆਪਾਂ ਮੰਗਲ ਵਾਲੇ ਦਿਨ ਤੋਂ ਸ਼ੁਰੂ ਕਰਨੀ ਆ ਅਤੇ ਖਤਮ ਕਦੋਂ ਕਰਨੀ ਆ? ਫਿਰ ਹਫ਼ਤੇ ਵਾਲੇ ਦਿਨ। ਹਾਂ, ਇਹ ਟੋਟਲ 23 ਤਕਬੀਰਾਂ ਬਣ ਜਾਂਦੀਆਂ, 23 ਨਮਾਜ਼ਾਂ, 23 ਤਕਬੀਰਾਂ ਬਣਨੀਆਂ ਨਾ ਜੀ। ਇੱਦਾਂ ਹੀ ਆ, ਚਾਰ ਦਿਨ ਲਾ ਲਓ, 9, 10, 11, 12, ਚਾਰ ਦਿਨ ਇਹ ਹੋ ਗਏ, 4, 5, 20, 5 ਨਮਾਜ਼ਾਂ ਨਾ ਦਿਹਾੜੀਆਂ ਦੀਆਂ, 20 ਨਮਾਜ਼ਾਂ ਇਹ ਹੋ ਗਈਆਂ, ਅਤੇ ਹਫ਼ਤੇ ਵਾਲੇ ਦਿਨ ਦੀਆਂ 3 ਨਮਾਜ਼ਾਂ, ਫਜਰ, ਜ਼ੋਹਰ, ਅਸਰ, 20 ਅਤੇ 3, 23 ਤਕਬੀਰਾਂ ਕਹਿਣੀਆਂ। ਕਿੰਨੀਆਂ? ਠੀਕ ਹੈ ਜੀ। 9 ਜ਼ਿਲ ਹਜ ਕੀ ਫਜਰ ਸੇ, 9 ਜ਼ਿਲ ਹਜ ਕੀ ਫਜਰ ਸੇ ਅਸਰ ਤੱਕ ਹਰ ਫਰਜ਼ ਨਮਾਜ਼ ਕੇ ਬਾਅਦ ਇੱਕ ਦਫ਼ਾ ਤਕਬੀਰ ਕਹਿਣਾ ਵਾਜਿਬ ਹੈ। ਕੀ ਹੈ ਬਾਈ? ਹਾਂ, ਮਰਦ ਹਜ਼ਰਾਤ ਉੱਚੀ ਆਵਾਜ਼ ਨਾਲ ਅਤੇ ਔਰਤਾਂ ਆਹਿਸਤਾ ਆਵਾਜ਼ ਨਾਲ, ਮਰਦ ਹਜ਼ਰਾਤ ਉੱਚੀ ਆਵਾਜ਼ ਨਾਲ ਪੜ੍ਹਨਗੇ ਅਤੇ ਔਰਤਾਂ ਆਹਿਸਤਾ ਆਵਾਜ਼ ਨਾਲ ਪੜ੍ਹਨਗੀਆਂ। ਸਮਝ ਆ ਰਹੀ ਗੱਲ? ਸ਼ਾਬਸ਼। ਤਕਬੀਰਾਂ ਅਤੇ ਤਸ਼ਰੀਕ ਕੀ ਹੈ? ਪੜ੍ਹੋ ਤਾਂ ਸ਼ਾਬਸ਼। ਸ਼ੁਐਬ ਘਵਾ ਇਹਨਾਂ ਨੂੰ, ਅੱਲਾਹੁ ਅਕਬਰ, ਅੱਲਾਹੁ ਅਕਬਰ, ਲਾ ਇਲਾਹ ਇਲਲਾਹੁ, ਅੱਲਾਹੁ ਅਕਬਰ, ਅੱਲਾਹੁ ਅਕਬਰ, ਵਲਿਲਾਹਿਲ ਹਮਦ। ਇਹਨੂੰ ਫੜਾ, ਇਹ ਘਵਾਵੇ ਇਹਨਾਂ ਨੂੰ। ਹਾਂ, ਥੋੜ੍ਹਾ ਥੋੜ੍ਹਾ ਕਰਕੇ ਸਾਰੀ ਕਠਿਨ। ਆਵਾਜ਼ ਨਹੀਂ ਆ ਰਹੀ, ਆਵਾਜ਼। ਇੱਕ ਮਿੰਟ ਬਈ, ਇੱਕ ਮਿੰਟ, ਸ਼ਾਬਸ਼। ਹਾਂ, ਉੱਚੀ ਆਵਾਜ਼ ਨਾਲ ਸ਼ਾਬਸ਼। ਇੱਕ ਮਿੰਟ ਵੀ, ਮੈਂ ਤੁਹਾਨੂੰ ਘਵਾਨਾ ਵਾਂ, ਉੱਚੀ ਆਵਾਜ਼ ਨਾਲ ਕਹਿ ਲਓ ਸਹੀ ਤਰ੍ਹਾਂ। ਅੱਲਾਹੁ ਅਕਬਰ, ਅੱਲਾਹੁ ਅਕਬਰ, ਲਾ ਇਲਾਹਾ ਇਲਲਾਹੁ, ਲਾ ਇਲਾਹਾ ਇਲਲਾਹੁ, ਵੱਲਾਹੁ ਅਕਬਰ, ਵੱਲਾਹੁ ਅਕਬਰ, ਅੱਲਾਹੁ ਅਕਬਰ, ਅੱਲਾਹੁ ਅਕਬਰ, ਵਲਿਲਾਹਿਲ ਹਮਦ, ਵਲਿਲਾਹਿਲ ਹਮਦ। ਸਮਝ ਆ ਰਹੀ ਹੈ ਜੀ? ਜਦੋਂ ਫਰਜ਼ਾਂ ਦਾ ਸਲਾਮ ਫੇਰਨਾ ਅਤੇ ਫੌਰਨ ਇਹ ਤਕਬੀਰਾਂ ਪੜ੍ਹਨੀਆਂ, ਅੱਲਾਹੁ ਅਕਬਰ, ਅੱਲਾਹੁ ਅਕਬਰ, ਲਾ ਇਲਾਹਾ ਇਲਲਾਹੁ, ਲਾ ਇਲਾਹਾ ਇਲਲਾਹੁ, ਵੱਲਾਹੁ ਅਕਬਰ, ਵੱਲਾਹੁ ਅਕਬਰ, ਅੱਲਾਹੁ ਅਕਬਰ, ਅੱਲਾਹੁ ਅਕਬਰ, ਵਲਿਲਾਹਿਲ ਹਮਦ, ਵਲਿਲਾਹਿਲ ਹਮਦ। ਹਾਂ ਬਈ ਜ਼ੁਹੇਬ, ਔਰਤਾਂ ਨੇ ਵੀ ਉੱਚੀ ਪੜ੍ਹਨੀ ਆ, ਆਹਿਸਤਾ ਆਵਾਜ਼ ਨਹੀਂ। ਸ਼ਾਬਸ਼। ਕਿਉਂ ਬਈ ਅਹਿਸਨ? ਔਰਤਾਂ ਉੱਚੀ ਪੜ੍ਹਨਗੀਆਂ ਆਹਿਸਤਾ? ਸ਼ਾਬਸ਼ ਅਮਾਰ ਸਾਹਿਬ, ਤੈਨੂੰ ਸਮਝ ਆ ਗਈ? ਹਾਂਜੀ। ਅੱਛਾ, ਇੱਕ ਹੋਰ ਗੱਲ, ਜੇ ਕੋਈ ਜਮਾਤ ਨਾ ਪੜ੍ਹੇ ਤਾਂ ਵੀ ਪੜ੍ਹਨੀ ਆ, ਕੋਈ ਬਗੈਰ ਜਮਾਤ ਤੋਂ ਪੜ੍ਹੇ ਨਮਾਜ਼ ਜਦੋਂ ਫਰਜ਼ਾਂ ਦਾ ਸਲਾਮ ਫੇਰਨਾ, ਉਦੋਂ ਸੁਨਤਾਂ ਤੋਂ ਬਾਅਦ ਨਹੀਂ ਹੈਗੀਆਂ ਇਹ? ਕਦੋਂ ਆ? ਫਰਜ਼ ਨਮਾਜ਼ ਦਾ ਸਲਾਮ ਫੇਰਨ ਤੋਂ ਬਾਅਦ ਇੱਕ ਵਾਰੀ ਮਰਦ ਹਜ਼ਰਾਤ ਵਾਸਤੇ ਉੱਚੀ ਅਤੇ ਔਰਤਾਂ ਵਾਸਤੇ ਆਹਿਸਤਾ, ਇੱਕ ਵਾਰੀ ਤਕਬੀਰਾਤ ਦਾ ਪੜ੍ਹਨਾ ਵਾਜਬ ਹੈ। ਇਹਨਾਂ ਤਕਬੀਰਾਂ ਨੂੰ ਕਹਿੰਦੇ ਤਕਬੀਰਾਂ ਅਤੇ ਤਸ਼ਰੀਕ। ਕੀ ਕਹਿੰਦੇ ਹੈ? ਤਕਬੀਰਾਂ ਅਤੇ ਤਸ਼ਰੀਕ। ਇਹ ਹੁਣ ਉਹ ਬੱਚੇ ਹੱਥ ਖੜ੍ਹੇ ਕਰਨ ਜਿਹੜੇ ਕਹਿੰਦੇ ਗੱਲ, ਅਸੀਂ ਘਰ ਜਾ ਕੇ ਅੱਜ ਦੱਸਾਂਗੇ। ਕੀ ਦੱਸੋਗੇ? ਕਿੱਦਣ ਸ਼ੁਰੂ ਕਰਨੀ ਆ? 9 ਦੇ ਲਹਾਜ਼ ਉਹਨਾਂ ਨੂੰ 7 ਦੇ ਲਫ਼ਜ਼ ਦੱਸਿਓ ਵੀ ਮੰਗਲ ਵਾਲੇ ਦਿਨ ਤੋਂ। ਕਿੱਦਣ ਤੋਂ ਅਤੇ ਕਦੋਂ ਤਾਈਂ ਲਿਜਾਣੀ ਆ? ਸ਼ਾਬਾਸ਼, ਹੁਣ ਗੱਲ ਜੇਨ 'ਚ ਰਹਿ ਜੂ ਤੁਹਾਡੇ? ਚਲੋ ਸ਼ਾਬਾਸ਼।